उस्ताद सुरिंदर सिंधा जी एक चमकदा तारा जो अज साडे विच नहीं रहे पर उना दे गीत हमेशा ही उना नू साडे विच जिउंदा रखणगे। बारी खोल के वाहे गुरु बोल के नी सीटी उत्ते बह जा मल्लीए नवा लै लिया ते रख तेरे यार ने नी बाबिया ते चल चलिए। अज दे वीडियो विच सुरिंदर सिंधा जी दीआं कुछ मिठियां यादां तुहाडे नाल सांझियां करांगे। सुरिंदर सिंधा जी दा जन्म 20 मई 1953 ਵਿੱਚ ਲੁਧਿਆਣਾ ਦੇ ਇੱਕ ਪਿੰਡ ਛੋਟੀ ਅਯਾਲੀ ਵਿੱਚ ਹੋਇਆ। ਉਹਨਾਂ ਨੇ ਆਪਣੇ ਗੀਤ ਦੀ ਸ਼ੁਰੂਆਤ 1970 ਦੇ ਵਿੱਚ ਕੀਤੀ। ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਕੁਲਦੀਪ ਮਾਨਕ ਨਾਲ ਕੁਝ ਕਲੀਆਂ ਵੀ ਗਾਈਆਂ ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ। ਉੱਚਾ ਬੁਰਜ ਲਾਹੌਰ ਦਾ ਗੀਤ ਰਿਲੀਜ਼ ਕਰਨ ਦੇ ਨਾਲ ਉਹ ਲੋਕਾਂ ਦੇ ਸਾਹਮਣੇ ਇੱਕ ਉੱਭਰਦੇ ਤਾਰੇ ਦੇ ਰੂਪ ਵਿੱਚ ਆਏ ਅਤੇ ਇਸੇ ਦੇ ਨਾਲ ਹੀ ਉਹਨਾਂ ਨੇ ਕੁਝ ਸਮੇਂ ਬਾਅਦ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ ਰੱਖ ਲੈ ਸਿਲੰਡਰ ਯਾਰਾ ਜਿਸ ਨੂੰ ਲੋਕਾਂ ਨੇ ਬਹੁਤ ਹੀ ਪਿਆਰ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਹੋਰ ਵੀ ਕਈ ਹਿੱਟ ਗੀਤ ਦਿੱਤੇ ਜਿਸ ਵਿੱਚੋਂ ਜੱਟ ਜੋੜਾ ਮੋੜ, ਪੁੱਤ ਜੱਟ ਦਾ, ਬਾਰੀ ਖੋਲ੍ਹ ਕੇ ਵਰਗੇ ਕਈ ਗੀਤ ਸੀਗੇ ਜਿਸ ਵਿੱਚੋਂ ਜਿਉਣਾ ਮੋੜ ਨੇ ਇੱਕ ਵੱਖਰੀ ਹੀ ਪਹਿਚਾਣ ਬਣਾਈ। ਜਦੋਂ ਕਦੀ ਸੁਰਿੰਦਰ ਸਿੰਧਾ ਜੀ ਉੱਚੀ ਹੇਕ ਲਾ ਕੇ ਬਦਲਾ ਲੈਲਾ ਜੋੜਿਆਂ ਗਾਉਂਦੇ ਤਾਂ ਲੋਕਾਂ ਵਿੱਚ ਜੋਸ਼ ਭਰ ਉੱਠਦਾ। ਉਹਨਾਂ ਨੇ ਆਪਣੇ ਗੀਤਾਂ ਦੇ ਰਾਹੀਂ ਸਮਾਜ ਦੇ ਹਰ ਵਰਗ ਦੀਆਂ ਗੱਲਾਂ ਨੂੰ ਲੋਕਾਂ ਮੂਹਰੇ ਰੱਖਣ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਸਿਆਣੇ ਤੋਂ ਲੈ ਕੇ ਬੱਚਿਆਂ ਤੱਕ ਉਹਨਾਂ ਦੇ ਗਾਣੇ ਕਾਫੀ ਲੋਕਪ੍ਰਿਯ ਸੀ ਅਤੇ ਰਹਿੰਦੇ ਸਮੇਂ ਤੱਕ ਸੁਣੇ ਵੀ ਜਾਣਗੇ। ਜਦੋਂ ਵੀ ਪੰਜਾਬੀ ਫੋਕ ਮਿਊਜ਼ਿਕ ਦੀ ਗੱਲ ਹੁੰਦੀ ਹੈ ਤਾਂ ਉੱਥੇ ਕੁਲਦੀਪ ਮਾਨਕ, ਸੁਰਜੀਤ ਬਿੰਦਰਖੀਆ, ਅਮਰ ਸਿੰਘ ਚਮਕੀਲਾ ਅਤੇ ਸੁਰਿੰਦਰ ਸਿੰਧਾ ਜੀ ਵਰਗੇ ਹੀਰਿਆਂ ਦੇ ਨਾਮ ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਆਉਂਦੇ ਨੇ। ਉਹਨਾਂ ਦੀ ਬਦੌਲਤ ਹੀ ਅੱਜ ਸਾਡਾ ਪੰਜਾਬੀ ਸੱਭਿਆਚਾਰ ਸਾਡੇ ਪੰਜਾਬੀ ਗੀਤਾਂ ਵਿੱਚੋਂ ਝਲਕਦਾ ਹੈ ਅਤੇ ਆਉਂਦੇ ਸਮਿਆਂ ਤੱਕ ਜਿਉਂਦਾ ਵੀ ਰਹੇਗਾ। ਪੰਜਾਬੀ ਫਿਲਮਾਂ ਦੇ ਸ਼ੁਰੂਆਤੀ ਦੌਰ ਵਿੱਚ ਸੁਰਿੰਦਰ ਜੀ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਜਿਸ ਦੌਰਾਨ ਉਹਨਾਂ ਨੇ ਗੁਰਦਾਸ ਮਾਨ, ਗੁੱਗੂ ਗਿੱਲ ਅਤੇ ਸੁਰਜੀਤ ਬਿੰਦਰਖੀਆ ਵਰਗੇ ਕਈ ਕਲਾਕਾਰਾਂ ਨਾਲ ਫਿਲਮਾਂ ਵਿੱਚ ਕੰਮ ਵੀ ਕੀਤਾ ਜਿਸ ਦੇ ਨਾਲ ਨਾਲ ਉੱਚਾ ਦਰ ਬਾਬੇ ਨਾਨਕ ਦਾ ਅਤੇ ਪੁੱਤ ਜੱਟਾਂ ਦੇ ਫਿਲਮ ਨੇ ਕਾਫੀ ਨਾਮ ਵੀ ਕਮਾਇਆ। ਇਸ ਦੇ ਨਾਲ ਪੁੱਤ ਜੱਟਾਂ ਦੀ ਫਿਲਮ ਵਿੱਚ ਸੁਰਿੰਦਰ ਜੀ ਨੇ ਗੀਤ ਗਾ ਕੇ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਆਪਣਾ ਲੋਕਾਂ ਵਿੱਚ ਪਿਆਰ ਹੋਰ ਵੀ ਵਧਾ ਲਿਆ। ਇਸ ਗਾਣੇ ਦੀ ਲੋਕਪ੍ਰਿਯਤਾ ਟਾਈਮ ਦੇ ਨਾਲ ਵੱਧਦੀ ਗਈ ਅਤੇ ਇਸ 'ਤੇ ਕਈ ਰੀਮੇਕ ਅਤੇ ਰੀਮਿਕਸ ਵੀ ਬਣੇ ਜਿਸ ਵਿੱਚੋਂ ਪੰਜਾਬੀ ਐਮ ਸੀ, ਟਰੂ ਸਕੂਲ, ਸਿੱਪੀ ਗਿੱਲ ਅਤੇ ਅਮਨ ਹੇਅਰ ਨੇ ਕਈ ਇਹਦੇ ਰੀਮਿਕਸ ਵੀ ਬਣਾਏ। ਇਸ ਤੋਂ ਬਾਅਦ ਵਾਲੇ ਦੌਰ ਵਿੱਚ ਉਹਨਾਂ ਨੇ UK ਭੰਗੜਾ ਵਿੱਚ ਵੀ ਯੋਗਦਾਨ ਪਾਇਆ ਜਿਸ ਵਿੱਚ ਉਹਨਾਂ ਨੇ DJ ਸਾਂਝ ਦੇ ਨਾਲ ਤੈਨੂੰ ਬੁਲਾਉਂਦੀ, ਅਮਿਤ ਰਾਏ ਦੇ ਨਾਲ ਗੀਤ ਇੰਗਲੈਂਡ ਅਤੇ ਇੰਡੀ ਸਿੱਧੂ ਦੇ ਨਾਲ ਬਾਰੀ ਖੋਲ੍ਹ ਕੇ ਵਰਗੇ ਗੀਤ ਬਣਾਏ ਜੋ ਕਿ ਕਾਫੀ ਹਿੱਟ ਵੀ ਗਏ। ਇਸ ਤੋਂ ਇਲਾਵਾ ਉਹਨਾਂ ਨੇ UK ਵਿੱਚ ਹੋਰ ਵੀ ਕਈ ਪ੍ਰੋਡਿਊਸਰਸ ਦੇ ਨਾਲ ਕੰਮ ਵੀ ਕੀਤਾ। ਉਹਨਾਂ ਨੇ ਆਪਣੀ ਗੀਤਕਾਰੀ ਲੋਕਾਂ ਵਿੱਚ ਲਿਆਉਣ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਨੂੰ ਅਮਰ ਸਿੰਘ ਚਮਕੀਲੇ ਵਰਗੇ ਹੀਰੇ ਵੀ ਦਿੱਤੇ। ਦੁੱਖ ਦੀ ਗੱਲ ਹੈ ਕਿ ਸੁਰਿੰਦਰ ਸਿੰਧਾ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਗਾਇਕੀ ਹਮੇਸ਼ਾ ਸਾਡੇ ਨਾਲ ਰਹੇਗੀ, ਸਾਡੇ ਨਾਲ ਜਿਉਂਦੀ ਰਹੇਗੀ, ਹਮੇਸ਼ਾ ਸਾਡੇ ਨਾਲ ਅਮਰ ਰਹੇਗੀ।